ਜਿਹੜੇ ਦਿਲ ਵਿੱਚ ਰੱਖਦੇ ਨੇ ਅਰਮਾਨ ਮਦੀਨੇ ਦੇ। ਪੰਜਾਬੀ ਯੂਨੀਅਨ ਤੇ ਪੰਜਾਬ ਹਾਊਸ ਦੇ ਪ੍ਰਬੰਧ ਹੇਠ ਧਰਤੀ ਦੇ ਸਪੁੱਤਰ ਡਾਕਟਰ ਅਜਮਲ ਨਿਆਜ਼ੀ ਹੋਰਾਂ ਦੀ ਯਾਦ ਵਿੱਚ ਸੈਮੀਨਾਰ ਦਾ ਇਹਤਮਾਮ ਕੀਤਾ ਗਿਆ, ਜਿਹਦੇ ਵਿੱਚ ਦਾਨਿਸ਼ਵਰਾਂ, ਸਹਾਫ਼ੀਆਂ ਤੇ ਅਦੀਬਾਂ ਸਣੇ ਹਯਾਤੀ ਦੇ ਵੱਖੋ ਵੱਖ ਪੱਖਾਂ ਨਾਲ ਜੁੜੇ ਸੱਜਣਾ ਮਿੱਤਰਾਂ ਪਰਵੀ ਰਲਤ ਕੀਤੀ। ਗਵਰਨਰ ਪੰਜਾਬ ਚੌਧਰੀ ਮੁਹੰਮਦ ਸਰਵਤ ਇਸ ਤਕਰੀਬ ਦੇ ਉਚੇਚੇ ਪ੍ਰਾਹੁਣੇ ਸਨ। ਰਲਤੀਆਂ ਡਾਕਟਰ ਅਜਮਲ ਨਿਆਜ਼ੀ ਹੋਰਾਂ ਬਾਰੇ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਫਿਕਰ, ਦਾਨਿਸ਼ ਤੇ ਸਹਾਫ਼ਤ ਦੀ ਅਜਿਹੀ ਆਬਿਆਰੀ ਕੀਤੀ ਜੋ ਆਉਣ ਵਾਲੀਆਂ ਨਸਲਾਂ ਲਈ ਸ਼ੌਰੀ ਚਾਨਣ ਸਾਬਿਤ ਹੋਵੇਗੀ। ਅਜਮਲ ਨਿਆਜ਼ੀ ਸਾਹਿਬ ਦੀ ਸ਼ਖਸੀਅਤ ਔਰ ਸ਼ਖਸੀਅਤ ਬਣ ਵਾਸਤੇ ਕੋਈ ਇਕੱਲਾ ਬੰਦਾ ਇੱਕ ਚੀਜ਼ ਨਾਲ ਸ਼ਖਸੀਅਤ ਨਹੀਂ ਬਣਦਾ। ਜਦ ਤੱਕ ਉਹਦੇ ਵਿੱਚ ਬਹੁਤ ਸਾਰੇ ਗੁਣ ਨਾ ਹੋਣ ਤਾਂ ਫਿਰ ਤਾਂ ਉਹ ਸ਼ਖਸੀਅਤ ਨਹੀਂ ਬਣਦਾ। ਗੁਣ ਹੋਣ ਤਾਂ ਪੂਰੀ ਇੱਕ ਸ਼ਖਸੀਅਤ ਬਣਦਾ। ਲਿਹਾਜ਼ਾ ਅਜਮਲ ਨਿਆਜ਼ੀ ਸਾਹਿਬ ਉਹਨਾਂ ਵਿੱਚ ਬਹੁਤ ਗੁਣ, ਸ਼ਾਇਰ ਹੋਣਾ ਵੀ ਇੱਕ ਬੜਾ ਵੱਡਾ ਗੁਣ ਹੈ, ਮਾਹਿਰ ਤਾਲੀਮ ਹੋਣਾ ਵੀ ਇੱਕ ਬਹੁਤ ਵੱਡਾ ਗੁਣ ਹੈ, ਦੋਸਤ ਹੋਣਾ, ਅੱਛਾ ਦੋਸਤ ਹੋਣਾ ਵੀ ਇੱਕ ਬਹੁਤ ਵੱਡਾ ਗੁਣ ਹੈਗਾ। ਲਿਹਾਜ਼ਾ ਇਹ ਸਾਰੇ ਗੁਣ ਜਿੰਨੇ ਵੀ ਨੇ ਉਹ ਅਜਮਲ ਨਿਆਜ਼ੀ ਸਾਹਿਬ ਦੇ ਵਿੱਚ ਮੌਜੂਦ ਸਨ ਅਤੇ ਸੱਚ ਬੋਲਣਾ ਵੀ ਉਹਨਾਂ ਦੇ ਵਿੱਚ ਇੱਕ ਵੱਡਾ ਗੁਣ ਸੀ। ਮੈਂ ਅਰਜ਼ ਕਰਾਂਗਾ, ਅਗਰ ਉਹ ਸ਼ਾਇਰ ਬਹੁਤ ਵੱਡੇ ਸਨ, ਅਗਰ ਉਹ ਅਦੀਬ ਬਹੁਤ ਵੱਡੇ ਸਨ, ਅਗਰ ਉਹ ਕਾਲਮ ਨਿਗਾਰ ਬਹੁਤ ਵੱਡੇ ਸਨ, ਤਾਂ ਤੁਸੀਂ ਯਕੀਨ ਕਰ ਲਓ ਕਿ ਉਹ ਇਨਸਾਨ ਉਸ ਤੋਂ ਕਹੀਂ ਜ਼ਿਆਦਾ ਵੱਡੇ ਸਨ। ਸ਼ੇਖ ਸਾਦੀ ਨੇ ਕਿਹਾ ਸੀ ਕਿ ਵੱਡਾ ਇਨਸਾਨ ਉਹ ਹੁੰਦਾ ਹੈ ਜਿਹਦੇ ਕਰੀਬ ਬਹਿ ਕੇ ਤੁਸੀਂ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਦੇ ਹੋ। ਅਸੀਂ ਅਜਮਲ ਨਿਆਜ਼ੀ ਸਾਹਿਬ ਦੇ ਨਾਲ ਬਹਿ ਕੇ ਹਮੇਸ਼ਾ ਆਪਣੇ ਆਪ ਨੂੰ ਵੱਡਿਆਂ ਮਹਿਸੂਸ ਕੀਤਾ। ਮੈਨੂੰ ਪੱਕ ਹੈ ਅਜਮਲ ਨਿਆਜ਼ੀ, ਜੇ ਲੋਕ ਮਰ ਨਹੀਂ ਸਕਦੇ ਉਹ ਆਪਣੀ ਲਿਖਤਾਂ ਅਤੇ ਗੱਲਾਂ ਬਾਤਾਂ ਵਿੱਚ ਲੋਕਾਂ ਦੇ ਸੀਨੇ ਵਿੱਚ ਹਮੇਸ਼ਾ ਲਾਟਾਂ ਮਾਰਦੇ ਨੇ। ਉਹ ਇੱਕ ਖੁਦਦਾਰ ਸ਼ਖਸ ਸੀ, ਖੁਦਦਾਰਾਂ ਲਈ ਐਡੇ ਵੱਡੇ ਲਾਹੌਰ ਵਿੱਚ ਬੜੇ ਘੱਟ ਟਿਕਾਣੇ ਨੇ। ਮੁਦੱਸਰ ਭੱਟ ਦਾ ਪੰਜਾਬ ਹਾਊਸ ਇਹੋ ਜਿਹੇ ਲੋਕਾਂ ਦਾ ਗੋਸ਼ਾ ਅਫੀਅਤ ਸੀ। ਮੁਦੱਸਰ ਭੱਟ ਸੱਜਣਾਂ ਦਾ ਸੱਜਣ ਅਤੇ ਆਪਣੀ ਬਾਲ ਕੇ ਸੇਕਣ ਵਾਲਾ, ਇਹੋ ਜਿਹੇ ਦੋਸਤਾਂ ਅਤੇ ਮਿੱਤਰਾਂ ਨੂੰ ਆਪਣੇ ਦਿਲ ਦੇ ਤਖ਼ਤ 'ਤੇ ਬਿਠਾ ਕੇ ਰੱਖਦਾ ਸੀ। ਅਜਮਲ ਨਿਆਜ਼ੀ ਕੈਸੇ ਸਹਾਫ਼ੀ ਥੇ ਯਾਰ, ਕਿੰਝਦੇ ਸਹਾਫ਼ੀ ਸਨ। ਨਾ ਉਹਨਾਂ ਨੇ ਕੋਈ ਪਲਾਟ ਲਿੱਤੇ, ਨਾ ਕੋਠੀਆਂ ਲਿੱਤੀਆਂ, ਨਾ ਬੰਗਲੇ ਲਿੱਤੇ। ਉਹ ਛੋਟੇ ਜਿਹੇ ਘਰ ਹੀ 'ਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਕੇ ਚਲੇ ਗਏ। ਮੇਰਾ ਖਿਆਲ ਉਹ ਕਾਲਮ ਨਿਗਾਰ ਨਹੀਂ ਸਨ, ਉਹ ਤਾਂ ਮੈਨੂੰ ਕੋਈ ਲੱਗਦਾ ਹੁਸੈਨ ਦੇ ਰਸਤੇ 'ਤੇ ਚੱਲਣ ਵਾਲੇ ਲੋਕ ਸਨ। ਮੈਨੂੰ ਤਾਂ ਉਹ ਇੰਝ ਲੱਗਦਾ ਕਿ ਜਿਵੇਂ ਉਹ ਹਰ ਸ਼ਾਮ ਨੂੰ ਆਪਣੇ ਘਰ ਦਾ ਦੀਵਾ ਬੁਝਾ ਦਿੰਦੇ ਸਨ ਅਤੇ ਕਹਿੰਦੇ ਸਨ ਚਲੇ ਜਾਓ ਜਿੰਨੇ ਜਿੰਨੇ ਜਾਣਾ ਹੈ, ਮੈਂ ਤਾਂ ਇਸੇ ਰਸਤੇ 'ਚ ਸ਼ਹਾਦਤ ਦੇਣੀ ਹੈ। ਅਸੀਂ ਰਲ ਕੇ ਪੰਜਾਬੀ ਜ਼ਬਾਨ ਨੂੰ ਅਗਰ ਉਹਦਾ ਮੁਕਾਮ ਦਵਾਂਗੇ ਤਾਂ ਅਸਲ ਵਿੱਚ ਅਸੀਂ ਹਰਾਜ ਅਕੀਦਤ ਪੇਸ਼ ਕਰਾਂਗੇ ਡਾਕਟਰ ਅਜਮਲ ਨਿਆਜ਼ੀ ਨੂੰ, ਜਿਹੜਾ ਉਹਦਾ ਕੰਮ ਸੀ ਸਭ ਤੋਂ ਵੱਡੀ ਜਿਹੜੀ ਹੈ ਨਾ ਉਹ ਹੀ ਹੈ ਕਿ ਅਸੀਂ ਪੰਜਾਬੀ ਜ਼ਬਾਨ ਨੂੰ ਪੜ੍ਹਾਈ ਲਿਖਾਈ ਵਿੱਚ ਲਿਆਵੀਏ ਅਤੇ ਅਸਲ ਹਰਾਜ ਅਕੀਦਤ ਤਾਂ ਉਹਨੂੰ ਮਿਲਣਾ। ਡਾਕਟਰ ਅਜਮਲ ਨਿਆਜ਼ੀ ਨਾਲ ਹਯਾਤੀ ਦੇ ਕਈ ਵਰੇ ਗੁਜ਼ਾਰਨ ਵਾਲਿਆਂ ਉਹਨਾਂ ਨਾਲ ਬਿਤਾਈਆਂ ਘੜੀਆਂ ਨੂੰ ਆਪਣੀ ਜ਼ਿੰਦਗੀ ਦੀਆਂ ਅਨਮੁੱਲੀਆਂ ਯਾਦਾਂ। ਮੈਂ ਉਹਨਾਂ ਨੂੰ ਮਿਲਣ ਨਹੀਂ ਗਈ ਕਿਉਂਕਿ ਮੇਰੇ 'ਚ ਹਿੰਮਤ ਹੀ ਨਹੀਂ ਸੀ ਕਿ ਮੈਂ ਇੱਕ ਐਡੇ ਤੋਰੇ ਵਾਲਾ ਬੰਦਾ, ਐਡੇ ਰੋਬ ਦਬਦਬੇ ਵਾਲਾ ਬੰਦਾ, ਐਡਾ ਲਾਚਾਰ ਥੱਕਾਂ, ਕਿਉਂਕਿ ਕਈ ਹਰ ਬੰਦੇ ਦੀ ਇੱਕ ਆਪਣੀ ਇੱਕ ਕੁਝ ਮਜਬੂਰੀਆਂ, ਕੁਝ ਕਮਜ਼ੋਰੀਆਂ ਹੁੰਦੀਆਂ ਨੇ। ਮੈਂ ਆਪਣੇ ਆਪ ਨੂੰ ਇੱਕ ਬੜੀ ਮਜ਼ਬੂਤ ਔਰਤ ਸਮਝਦੀ ਹਾਂ, ਲੇਕਿਨ ਕੁਝ ਦੋਸਤਾਂ ਦੇ ਹਵਾਲੇ ਨਾਲ, ਕੁਝ ਰਿਸ਼ਤਿਆਂ ਦੇ ਹਵਾਲੇ ਨਾਲ ਮੇਰੇ ਅੰਦਰ ਬੜੀ ਇੱਕ ਇਹੋ ਜਿਹੀ ਲਾਚਾਰੀ ਵੀ ਹੈ ਕਿ ਮੈਂ ਉਹਨਾਂ ਨੂੰ ਡਿੱਗਿਆ ਹੋਇਆ ਨਹੀਂ ਵੇਖ ਸਕਦੀ। ਮੈਂ ਨਹੀਂ, ਅੱਲਾ ਉਹਨਾਂ ਨੂੰ ਸਲਾਮਤ ਰੱਖੇ, ਅਤੇ ਮੇਰੇ ਨਜ਼ਰ 'ਚ ਉਹ ਹੀ ਅਜਮਲ ਨਿਆਜ਼ੀ ਦੀ ਸ਼ਕਲ ਹੈ ਅੱਜ ਵੀ, ਕਿ ਜਿਹੜਾ ਬੜੇ ਤੋਰੇ ਨਾਲ ਗੱਲ ਕਰਦਾ ਸੀ। ਰੱਬ ਉਹਨਾਂ ਨੂੰ ਜੰਨਤ ਨਸੀਬ ਕਰੇ, ਤੁਹਾਨੂੰ ਸਭ ਨੂੰ ਸਲਾਮਤ ਰੱਖੇ ਔਰ ਇੱਜ਼ਤਾਂ ਦੇ ਔਰ ਆਪਣੀ ਧਰਤੀ ਨਾਲ ਜੁੜਤ ਕਾਇਮ ਕਰਨ ਦੀ ਤੋਫੀਕ ਦੇ। ਮੈਂ ਸਮਝਦਾ ਕਿ ਮੈਂ ਜਿੰਨੇ ਵੀ ਅੱਛੇ ਅਲਫਾਜ਼ ਬੋਲ ਲਵਾਂ, ਮੈਂ ਡਾਕਟਰ ਅਜਮਲ ਨਿਆਜ਼ੀ ਸਾਹਿਬ, ਮੇਰੇ ਉਹ ਅੰਕਲ ਵੀ ਸਨ, ਸਾਡੇ ਵੱਡੇ ਵੀ ਸਨ, ਬੜਾ ਇੱਕ ਉਹਨਾਂ ਨਾਲ ਤਾਲੁਕ ਸੀ, ਉਹਨਾਂ ਦੀ ਸ਼ਖਸੀਅਤ ਨੂੰ ਨਹੀਂ ਪਹੁੰਚ ਸਕਦਾ। ਮੈਂ ਇਹ ਕਹਾਂਗਾ ਕਿ ਪਿਆਰ ਔਰ ਮੁਹੱਬਤ ਦੇ ਜਿੰਨੇ ਵੀ ਜਜ਼ਬਾਤ ਸਨ ਉਹਦੇ ਤੋਂ ਵਾਕਫ ਸਨ। ਖੂਬਸੂਰਤ ਲਿਖਾਰੀ ਸਨ, ਇੰਤਹਾਈ ਖੂਬਸੂਰਤ ਕਾਲਮ ਨਿਗਾਰ ਸਨ। ਗੁਫਤਗੂ ਔਰ ਮਖਸੂਸ ਲਹਿਜਾ ਉਹਨਾਂ ਦੀ ਜਿਹੜੀ ਸ਼ਖਸੀਅਤ ਦਾ ਜਿਹੜਾ ਸੀ ਨਾ ਉਹ ਪਹਿਚਾਣ ਸੀ। ਲਫਜ਼ਾਂ ਨੂੰ ਤਰਤੀਬ ਦੇਣਾ, ਉਹਨਾਂ ਨੂੰ ਸੰਵਾਰਨਾ, ਉਹਦੇ ਫਨ ਤੋਂ ਵਾਕਫ ਸਨ। ਹਮਦਰਦੀ ਦੇ ਵੀ ਤਮਾਮ ਜਜ਼ਬਿਆਂ ਤੋਂ ਵਾਕਫ ਸਨ। ਬਤੌਰ ਤਾਲਿਬ ਇਲਮ ਜਿੰਨਾ ਮੈਂ ਉਹਨਾਂ ਨੂੰ ਦੇਖਿਆ, ਉਹਨਾਂ ਦੀ
अदबी खसूसियत जड़ी मैनू अपील की वह बिलखसूस अगर उन्होंने असी नसर देखते हाँ तो वो शायरी का एक खास रंग दिखाई देता है। वो नसर नसर नहीं है, वो इंज लगता है जिमें शेरी नसर है, शायरी है नसर दे विच। और अगर उन्होंने असी नज़म देखते हाँ तो इंज लगता है कि बेकरां ख्यालात इतनी वुसत जड़ी नसर दे विच पाबंद करना बड़ी मुश्किल है, उन्होंने दो मिसरियां दे विच एक शेर च कैद कर छड़ी। अगली गल उन्हां दी सहाफत है, उन्हां सहाफत पढ़ी नहीं, दस्या है कि सहाफत की है। उन्हां अदब पढ़िया सी, अदब लिखिया, लेकिन जब कॉलम लिखे तो उन्होंने सिखाया कि कॉलम या सहाफत की हुंदी है। जनाब डॉक्टर अजमल नियाजी साहब, अगर किसी ने सहाफत सीखनी है तो मैं समझना हाँ कि बेनियाजियां दा मजमुआ लैके उन्हां दे कॉलम पढ़ के सहाफत सीख लवे। खास तौर पर जब उन्होंने असी तनकीद देखते हाँ तो उस नकद दे विच हसद नहीं है। अज चूंकि असी अपने उस भरा नूं याद करना से इकट्ठे होए हैं जिस सारी जिंदगी साडे नाल अदब की आबियारी की है, उस पूरी जिंदगी दोस्त नाल दोस्ती निभाई और दोस्त होण दा कर्ज उतारिया। डॉक्टर अजमल नियाजी के हवाले नाल मैं समझना मेरी तो चूंकि उन्हें जज्बाती वाबस्तगी सी और 30 साल तो दोस्ती का इन्ना लम्मा सफ़र असी इकट्ठे तय किया जिदियाँ अनमिट यादा वास्ते बहुत सारिया किताबा तो बहुत सारे वक्त चाहिए कि असी उन्होंने याद कर सकी। उचेचे प्रौणे चौधरी मुहम्मद सरवर ने डॉक्टर अजमल नियाजी नाल बीते लम्हे याद करदे आख्या कि उन्हां कोलों अजिहा सज्जन खुस गया जिहड़ा हमेशा मुहब्बतां वंडदा सी। कोई इंसान वड्डा इस गल्लों वड्डा नहीं हुंदा कि उहदे कोल ओहदा बहुत वड्डा है, उहदे कोल दौलत बहुत ज़्यादा है, या उहदे कोल कोठियां बंगले ज़्यादा ने, या वड्डे बंगले च रहिंदा हैगा। वड्डा वह इंसान है जिहड़ा लोकां दी खिदमत करदा है। और मैं समझना है कि डॉक्टर अजमल नियाजी नालों वड्डा बंदा कम अज़ कम मैं तो कोई मिलियनेर बिलियनेर भी होवे, डॉक्टर अजमल नियाजी बहुत वड्डा बंदा सी और असी उन्हूं हमेशा जड़ा हैगा ट्रिब्यूट भी पे करते रहेंगे, याद भी रखते रहेंगे। और किसी शख्सियत की याद मनाने का सब तो वड्डा जड़ा तरीका होंदा ट्रिब्यूट करन दा ओए होंदा है कि उहदे जो उन्हें कम जिंदगी किए उन्होंने फॉलो किया जाए, उन्होंने तो लर्न किया जाए, उन्होंने कॉलम जोड़े है मैं तो कहाँगा कि जो मैं नहीं पता कि किसी ने तैयार किए ने कि नहीं, लेकिन मैं चाहवागा कि जिन्हें भी डॉक्टर अजमल नियाजी साहब ने कॉलम लिखे ने उन्होंने एक जड़ा है बुक बना के पबलिश करके वो जी मदद मेरे को भी चाहिए होएगी मैं जाती तौर पर वो मदद कराँगा। और कॉलम जोड़े है फिर हर जगह पर असी यूनिवर्सिटियाँ कॉलेजों बच्चों के तकसीम करिए ताकि लोग जड़े ने डॉक्टर अजमल की शख्सियत के नाल और उन्होंने ख्यालात के नाल उन्होंने अफकार के नाल आगाही जी है आने वाली जनरेशन जगिया वो भी रखन। डॉक्टर अजमल नियाजी हुरी पंजाबी बोली ते रहतल दी जो सेवा कर गुजरे वो आने वाली नस्लों लिए अजिही नसीहत है कि जे तुसी अपनी धरती की मुहब्बत का कर्ज लाने का फर्ज निभाओगे तो जमाना तुहानूं हमेशा चंगे अखरां च याद रखेगा। इस